आईलैट्स पास लाड़ी दी ठगी दे सताए बरनाला जिले दे नौजवान लवप्रीत सिंह वालों कीती गई खुदकुशी दा मुद्दा गरमाउण तो बाद पंजाब राज महिला कमीशन दी चेयरपर्सन मुनीशा गुलाटी जदों बरनाला विखे उन्हां दे परिवार कोल पहुंची तां इस दौरान पंजाब भर चों वख-वख थावां तों आईलैट्स पास कुड़ियां दे सताए लाड़े भी अपनी फरियाद लैके पहुंच गए। इस दौरान मौजूद नौजवानों ने अपने दुख तकलीफां दसदे होए दस्सिया कि विदेश जाण दे झांसे विच ਉਹਨਾਂ ਵੱਲੋਂ ਆਈਲੈਟਸ ਪਾਸ ਕੁੜੀ ਦੇ ਨਾਲ ਵਿਆਹ ਕਰਵਾਇਆ ਗਿਆ ਸੀ ਪਰ ਉਹ ਵਿਦੇਸ਼ ਨਾ ਜਾ ਸਕੇ ਅਤੇ ਇਸ ਦੇ ਉਲਟ ਉਹਨਾਂ ਕੁੜੀਆਂ ਜਾਂ ਉਹਨਾਂ ਦੇ ਪਰਿਵਾਰਾਂ ਵੱਲੋਂ ਉਹਨਾਂ ਦੇ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਲਈ ਗਈ। ਇਸ ਤੋਂ ਬਾਅਦ ਉਹ ਨਾ ਤਾਂ ਵਿਦੇਸ਼ ਜਾ ਸਕੇ ਅਤੇ ਨਾ ਹੀ ਉਹਨਾਂ ਦੇ ਰੁਪਏ ਵਾਪਸ ਆਏ ਜਿਸ ਕਾਰਨ ਉਹ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਉਹਨਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਹੈ। ਮੇਰੇ ਨਾਲ 45 ਲੱਖ ਦੀ ਠੱਗੀ ਹੋਈ ਹੈ ਜੀ। 45 ਲੱਖ ਦੇ ਵਿੱਚੋਂ ਮੈਂ ਡਬਲ ਫੀਸਾਂ ਭਰ ਚੁੱਕਿਆ ਕੁੜੀ ਦੀਆਂ ਜੀ। ਹੁਣ ਉਹ ਕੁੜੀ ਮੈਨੂੰ ਬੁਲਾ ਨਹੀਂ ਰਹੀ ਜੀ। ਹਰਦੀਪ ਕੌਰ ਧਨੌਲੇ ਦੀ ਕੁੜੀ ਹੈ ਜੀ। ਉਹ ਇੱਥੋਂ ਦੇ ਮਤਲਬ ਵੀ ਵਸਨੀਕ ਨੇ ਜੋ ਕਿ ਅੱਜ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਕਿੱਥੇ ਰਹਿੰਦੀ ਹੈ ਕੁੜੀ? ਕੀ ਤੁਹਾਡੇ ਨਾਲ ਗੱਲ ਹੋਈ ਸੀ? 2020 ਦੇ ਵਿੱਚ ਲਾਸਟ ਗੱਲ ਹੋਈ ਸੀ ਸਾਡੀ। ਉਹ ਕੈਨੇਡਾ ਦੇ ਵਿੱਚ ਮੌਂਟਰੀਅਲ ਦੇ ਵਿੱਚ ਇਸ ਟਾਈਮ ਬੈਠੀ ਹੈ ਜੀ। ਹੁਣ ਕੀ ਕਹਿੰਦੀ ਹੈ? ਕਿੰਨੇ ਪੈਸੇ ਲੱਗੇ? ਸਾਡਾ 45 ਲੱਖ ਰੁਪਇਆ ਲੱਗਿਆ ਹੋਇਆ ਜੀਗਾ। ਹੁਣ ਉਹ ਬਸ ਸਾਨੂੰ ਲਾਰਾ ਲਾਈ ਜਾਂਦੀ ਬੁਲਾਉਂਗੀ ਬੁਲਾ ਰਹੀ ਜੀ। ਮੈਡਮ ਗੁਲਾਟੀਆ ਨੂੰ ਮਿਲਣਾ ਹੈ ਜੀ। ਇਹਨਾਂ ਤੋਂ ਇਨਸਾਫ ਦੀ ਮੰਗ ਕਰਦੇ ਵੀ ਉਹਨਾਂ ਨੂੰ ਚਾਹੀਦਾ ਸਾਨੂੰ ਇਨਸਾਫ ਮਿਲਣ ਚਾਹੇ ਉਹਨਾਂ ਨੂੰ ਡਿਪੋਰਟ ਕੀਤਾ ਜਾਵੇ। ਜਿਹੜਾ ਲਾਪਰੀ ਦੇ ਘਰੇ ਆ ਰਹੇ ਆ, ਕਿੱਡੀ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਹੋਏ ਨੇ? ਬਾਈ ਜੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਨੌਜਵਾਨ ਠੱਗੇ ਗਏ ਨੇ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਪਹੁੰਚੇ ਨੇ ਜੋ ਜਿਨ੍ਹਾਂ ਨੂੰ ਹਜੇ ਖਬਰ ਨਹੀਂ ਮਿਲੀ। ਹਜ਼ਾਰਾਂ ਦੇ ਵਿੱਚ ਅਜੇ ਖਬਰ ਨਹੀਂ ਮਿਲੀ। ਕੀ ਲੱਗਦਾ ਵੀ ਕੀ ਹੋਣਾ ਚਾਹੀਦਾ ਇਹ ਕੇਸ? ਇਹੋ ਜਿਹੇ ਕੇਸਾਂ ਨੂੰ ਤਾਂ ਡਿਪੋਰਟ ਹੋਣਾ ਚਾਹੀਦਾ ਜੀ ਉਹਨਾਂ ਨੂੰ। ਤੁਹਾਡੀ ਕੋਈ ਪੁਲਿਸ ਕਾਰਵਾਈ ਵੀ ਹੈ? ਨਹੀਂ, ਪੁਲਿਸ ਕਾਰਵਾਈ ਕੋਈ ਨਹੀਂ ਕਰੀ। ਸਮਝੌਤੇ ਪੰਚਾਇਤਾਂ 'ਚ ਕਰ ਰਹੇ ਨੇ ਜੀ। ਇੱਕ ਪੰਚਾਇਤ ਦੇ ਵਿੱਚ ਸਮਝੌਤਾ ਕਰ ਲੈਂਦੇ ਨੇ, ਅਗਲੀ ਦੇ ਵਿੱਚ ਮੁੱਕਰ ਜਾਂਦੇ ਨੇ ਜੀ। ਤੁਸੀਂ ਕੋਈ ਆਪਣਾ ਪੈਸੇ ਜਿਹੜੇ ਕਿੰਨੇ ਲਾਏ ਸੀਗੇ? ਕਿੰਨੇ ਕੀ ਤੋਂ ਫੜ ਕੇ ਲਾਈ? ਕੋਈ ਕਰਜ਼ਾ ਵਗੈਰਾ ਚੱਕੇ? ਨਹੀਂ, ਬਾਏ ਅਕਾਊਂਟ ਅਸੀਂ ਪੈਸਾ ਭੇਜਿਆ ਜੀ, ਕਰਜ਼ਾ ਚੱਕ ਕੇ ਭੇਜਿਆ ਜੀ, ਲਿਮਿਟ 'ਚ ਕਰਾ ਕੇ ਜ਼ਮੀਨ ਦੇ ਉੱਤੇ। ਮੇਰੇ ਨਾਲ 35 ਲੱਖ ਦੀ ਠੱਗੀ ਹੋਈ ਹੈ ਜੀ। ਬਾਹਰ ਜਾਣ ਦੇ ਚੱਕਰ 'ਚ ਆਸਟ੍ਰੇਲੀਆ ਭੇਜੀ ਆ ਜੀ ਮੈਂ ਆਪਣੀ ਵਾਈਫ 35 ਲੱਖ ਰੁਪਇਆ ਲਾ ਕੇ। ਅਤੇ ਮੇਰਾ ਵੈਸੇ ਪ੍ਰਸ਼ਾਸਨ ਨੇ ਪਰਚਾ ਦਰਜ ਕਰ ਲਿਆ ਜੀ। ਹੁਣ ਅਗਲੀ ਕਾਰਵਾਈ ਦੇਖੋ ਕੀ ਬਣਦੀ ਹੈਗੀ। ਇਹਦੇ ਨਾਲ ਵਿਆਹ ਸੀ, ਕਦੋਂ ਹੋਇਆ ਸੀ ਅਤੇ ਹੁਣ ਕੀ ਕਾਰਵਾਈ? ਕਿੰਨੇ ਪੈਸੇ ਲੱਗੇ? ਮੇਰਾ 27 ਮਾਰਚ 2014 ਨੂੰ ਅਸਪਾਲ ਖੁਰਦ ਪਿੰਡ ਹੈਗਾ ਜੀ। ਮੇਰੀ ਵਾਈਫ ਬਲਜਿੰਦਰ ਕੌਰ, ਪੁੱਤਰੀ ਬਿਕਰ ਸਿੰਘ, ਉਹਨਾਂ 'ਤੇ 2014 ਨੂੰ ਮੇਰਾ 27 ਮਾਰਚ ਨੂੰ ਵਿਆਹ ਹੋਇਆ ਸੀਗਾ ਜੀ। 2015 'ਚ ਮੈਂ ਫੀਸਾਂ ਸਾਰੀਆਂ ਕੰਪਲੀਟ, 35 ਲੱਖ ਰੁਪਇਆ ਜੋ ਵੀ ਸੀਗਾ ਖਰਚਾ ਮੈਂ ਸਾਰਾ ਭੇਜ ਚੁੱਕਿਆ ਸੀਗਾ ਜੀ। 2016 'ਚ ਉਹਨਾਂ ਨੇ ਮੇਰੇ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। 2016 ਤੋਂ ਲੈ ਕੇ ਹੁਣ ਤੱਕ ਮੈਂ ਪੰਚਾਇਤਾਂ ਦੀ ਮਦਦ ਨਾਲ ਉਹਨਾਂ ਨਾਲ ਗੱਲਬਾਤ ਕਰਨੀ ਚਾਹੀ, ਪਰ ਉਹਨਾਂ ਨੇ ਕੋਈ ਰਿਸਪੋਂਸ ਨਹੀਂ ਕੀਤਾ। ਅਤੇ ਹੁਣ 2019 'ਚ ਮੇਰੀ ਮੰਮਾ ਦੀ ਡੈਥ ਹੋ ਗਈ। 2020 'ਚ ਆ ਕੇ ਮੈਂ ਦਰਖਾਸਤ ਦਿੱਤੀ ਹੈਗੀ SSP ਸਾਹਿਬ ਸੰਦੀਪ ਗੋਇਲ ਨੂੰ ਜੀ, ਅਤੇ ਉਹਨਾਂ ਨੇ ਪਰਚਾ ਦਰਜ ਕਰ ਲਿਆ ਜੀ ਉਹਨਾਂ 'ਤੇ ਅੱਜ ਜੁਲਾਈ ਮਹੀਨੇ 'ਚ ਪਰਚਾ। ਮੇਰਾ 35 ਲੱਖ ਰੁਪਇਆ ਖਰਚਾ ਹੋਇਆ ਗਾ ਜੀ ਸਾਰਾ। ਆਸਟ੍ਰੇਲੀਆ 'ਚ ਹੈਗੀ ਆ ਜੀ ਮੇਰੀ ਵਾਈਫ। ਇਸੇ ਮੈਡਮ, ਇੱਕ ਤਾਂ ਮੈਡਮ ਮਨੀਸ਼ਾ ਗੁਲਾਟੀ ਜੀ ਨੇ ਆਉਣਾ ਸੀਗਾ ਜੀ, ਉਹਨਾਂ ਨਾਲ ਗੱਲਬਾਤ ਕਰਨ ਦੇ ਸਿਲਸਿਲੇ 'ਚ ਆਏ ਸੀਗੇ। ਇੱਕ ਇਹ ਪਰਿਵਾਰ ਨਾਲ ਸਾਨੂੰ ਪਤਾ ਲੱਗਿਆ ਸੀਗਾ ਵੀ ਵੀਰ ਨੇ ਖੁਦਕੁਸ਼ੀ ਕਰ ਲਈ, ਉਹ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਸੀਗੇ। ਕੋਈ ਉਮੀਦ ਹੈ ਤੁਹਾਨੂੰ ਜਾਂ ਕੀ ਮੰਗ ਕਰਦੇ ਹੋ? ਅਸੀਂ ਇਹੀ ਮੰਗ ਕਰਦੇ ਹਾਂ, ਇਹ ਕਾਨੂੰਨ ਬਣਨਾ ਚਾਹੀਦਾ ਜੀ। ਇੱਦਾਂ ਨਹੀਂ ਹੋਣਾ ਚਾਹੀਦਾ ਕਿਸੇ ਨਾਲ ਫਰੋਡ। ਮੈਂ ਆਪਣੀ 2 ਕਿੱਲੇ ਜ਼ਮੀਨ ਵੇਚ ਕੇ ਮੈਂ ਉਹਦੇ 'ਤੇ ਪੈਸੇ ਲਾਏ ਸੀਗੇ ਜੀ। ਵੀ ਇੱਦਾਂ ਕਿਸੇ ਨਾਲ ਵਿਸ਼ਵਾਸਘਾਤ ਨਹੀਂ ਕਰਨਾ ਚਾਹੀਦਾ, ਕੁੜੀਆਂ ਨੂੰ ਵੀ ਸੋਚਣਾ ਚਾਹੀਦਾ ਥੋੜ੍ਹਾ ਬਹੁਤ। ਇਸ ਲਈ ਅੱਜ ਉਹ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਕੋਲ ਪਹੁੰਚੇ ਹਨ ਅਤੇ ਆਸ ਕਰਦੇ ਹਨ ਕਿ ਉਹਨਾਂ ਦੀ ਸੁਣਵਾਈ ਕੀਤੀ ਜਾਵੇਗੀ ਅਤੇ ਵਿਭਾਗ ਵੱਲੋਂ ਉਹਨਾਂ ਦੀ ਕੋਈ ਮਦਦ ਕੀਤੀ ਜਾਵੇਗੀ। ਆਈਲੈਟਸ ਪਾਸ ਕੁੜੀਆਂ ਦੇ ਨਾਲ ਵਿਆਹ ਕਰਕੇ ਵਿਦੇਸ਼ ਜਾਣ ਦਾ ਸਿਲਸਿਲਾ ਕੋਈ ਅੱਜ ਦਾ ਨਹੀਂ ਹੈ। ਅਜਿਹੇ ਮਾਮਲੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਦੇਖਣ ਨੂੰ ਮਿਲ ਰਹੇ ਹਨ। ਅਜਿਹੇ ਵਿੱਚ ਇੱਕ ਕੰਟਰੈਕਟ ਵਿਆਹ ਕੀਤਾ ਜਾਂਦਾ ਹੈ ਜਿਸ ਤਹਿਤ ਲੜਕੀ ਪਹਿਲਾਂ ਵਿਦੇਸ਼ ਚਲੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਅਗਲੇਰੀ ਪ੍ਰਕਿਰਿਆ ਤਹਿਤ ਲੜਕੇ ਨੇ ਵੀ ਵਿਦੇਸ਼ ਜਾਣਾ ਹੁੰਦਾ ਹੈ। ਪਰ ਇਸ ਦੌਰਾਨ ਕਈ ਵਾਰ ਲੜਕੀ ਵੱਲੋਂ ਠੱਗੀ ਮਾਰ ਲਈ ਜਾਂਦੀ ਹੈ ਜਿਸ ਕਾਰਨ ਅਜਿਹੇ ਬਹੁਤ ਸਾਰੇ ਮਾਮਲੇ ਪੰਜਾਬ ਭਰ ਦੇ ਵਿੱਚ ਦੇਖੇ ਜਾ ਰਹੇ ਹਨ। ਮੈਂ ਦੇਖੋ ਜੀ, ਮੈਂ ਸਾਰਿਆਂ ਨੂੰ ਇੱਕ ਅਪੀਲ ਕਰਦਾ, ਸੋਸ਼ਲ ਮੀਡੀਆ ਇੱਕ ਬਹੁਤ ਸੋਹਣਾ ਪਲੇਟਫਾਰਮ ਹੈ। ਤੁਸੀਂ ਤਾਂ ਗੱਲ, ਮੈਂ ਵੀ ਇੱਥੇ ਗੱਲ ਰੱਖੀ ਕਰ, ਦੇਖੋ ਕਿੰਨੇ ਲੋਕ ਆ ਗਏ ਹੈ ਨਾ।
ਤੁਸੀਂ ਕਦੇ ਵੀ ਕਿਸੇ ਚੀਜ਼ ਦੀ ਘੁੱਟ ਨਾ ਕਰੋ, ਖੁੱਲ੍ਹ ਕੇ ਬਾਰੇ ਕਰੋ। ਦੂਜੀ ਮਹਿਲਾ ਕਮਿਸ਼ਨ ਦੀਦੀ ਦੀ ਗੱਲ ਅਸੀਂ ਜੇ ਸੋਸ਼ਲ ਮੀਡੀਆ 'ਚ ਗੱਲ ਪਾਈ, ਉਹਨਾਂ ਕੋਲ ਗੱਲ ਪਹੁੰਚੀ, ਉਹ ਸਾਡੇ ਅੱਜ ਸਾਡੀ ਫਰਿਆਦ ਸੁਣਨ ਆ ਰਹੇ ਨੇ, ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ। ਉਹਨਾਂ ਨੇ ਸਾਡੀ ਸੁਣੀ ਅਤੇ ਸਭ ਦੀ ਸੁਣਨ। ਜੇ ਗੱਲ ਕਰੀਏ ਲੜਕੀ ਦੇ ਪਰਿਵਾਰ ਵਾਲੇ ਵੀ ਸਾਹਮਣੇ ਆਏ, ਉਹ ਆਪਣੀ ਗੱਲ ਰੱਖ ਰਹੇ ਨੇ, ਇੱਕ ਪਾਸੇ ਕਹਿ ਰਹੇ ਨੇ ਕਿ ਸਾਡੇ ਨਾਲ ਵੀ ਠੱਗੀ ਹੋਈ ਹੈ, ਕਿ ਅਸੀਂ ਲੜਕੀ ਗੱਲ ਕਰਦੀ ਰਹੀ ਹੈ, ਲੜਕੇ ਨਾਲ ਕੋਈ ਇਹੋ ਜਿਹੀ ਗੱਲ ਨਹੀਂ ਸੀ, ਕੋਈ ਖਰਚਾ ਵੀ ਕਰਦੀ ਰਹੀ ਹੈ, ਪੈਸੇ ਵੀ ਭੇਜਦੀ ਰਹੀ, ਕਿ ਇਹਨੂੰ ਕਿਸ ਤਰ੍ਹਾਂ? ਦੇਖੋ ਜੇ ਉਹਨੇ ਪੈਸੇ ਭੇਜੇ ਨੇ ਜੀ, ਉਹਦਾ ਘਰ ਵਾਲਾ ਸੀਗਾ, ਇਹ ਕੋਈ ਨਵੀਂ ਗੱਲ ਨਹੀਂ ਹੈਗੀ ਭਾਅ ਜੀ। ਤੁਸੀਂ ਘਰੇ ਕਮਾਉਂਦੇ ਹੋ, ਤੁਹਾਡੀ ਘਰ ਵਾਲੀ ਉੱਥੋਂ ਹੀ ਮੰਗੂਗੀ, ਅਤੇ ਦੂਜੀ ਗੱਲ ਵੀ ਪੈਸੇ ਭੇਜਦੇ ਉਹਨੇ ਭੇਜਤਾ, ਤੁਸੀਂ ਇੱਕ ਗੱਲ ਹੋਰ ਕਿਵੇਂ ਭੁੱਲ ਗਿਆ? ਕਿ ਉਹ ਕਹਿ ਰਹੇ ਨੇ ਕਿ ਸਾਡੀ ਲੜਕੀ ਦੀ ਕੋਈ ਗੱਲ ਐਜ ਲੜਾਈ ਝਗੜੇ ਵਾਲੀ ਗੱਲ ਹੀ ਸੀ, ਸਾਡੇ ਕੋਲ ਵੀ ਚੈਟ ਪਈ ਹੈ ਅਤੇ ਸਾਡੇ ਕੋਲ ਸੀਧਾ ਪਈਆਂ ਜਿਹੜੇ ਪੈਸੇ ਭੇਜੇ ਨੇ। ਨਹੀਂ ਜੇ ਪੈਸੇ ਭੇਜੇ ਨੇ ਉਹਦੇ ਘਰ ਵਾਲੇ ਨੂੰ ਭੇਜੇ ਨੇ, ਅਤੇ ਅਸੀਂ ਵੀ ਤਾਂ ਪੈਸੇ ਲਾਏ ਆ ਇੰਨੇ, ਅਸੀਂ ਪੈਸੇ ਉਹਦੇ ਭਵਿੱਖ 'ਤੇ ਲਾਏ ਆ, ਉਹਨੂੰ ਬਾਹਰ ਭੇਜਿਆ ਵੀ ਸਾਡਾ ਮੁੰਡਾ ਲੈ ਕੇ ਜਾਊਗੀ, ਸਾਡੇ ਮੁੰਡੇ ਖਾਤਾ ਤਾਂ ਕੋਈ ਰਿਸਪੋਂਸ ਹੀ ਨਹੀਂ ਹੈਗਾ। ਉਹਨੇ ਇੱਕ ਵੀ ਇਹੋ ਜਿਹਾ ਕੰਮ ਨਹੀਂ ਕਰਿਆ ਜਿਹਦੇ ਨਾਲ ਸਾਡੇ ਮੁੰਡੇ ਦੀ ਫਾਈਲ ਲੱਗ ਸਕੇ, ਨਾ ਉਹ ਕਾਲਿੰਗ 'ਤੇ ਹੈ, ਨਾ ਉਹਦੇ ਕੋਲ ਕੋਈ ਬਿੱਲ ਨੇ ਉਹਨੇ ਗਿਫਟ ਕਰਿਆ ਸਾਡੇ ਮੁੰਡੇ ਨੂੰ, ਨਾ ਉਹਦੇ ਕੋਲ ਕੋਈ ਟਾਈਮਿੰਗ ਹੈ ਕਿ ਲੰਬਾ ਟਾਈਮ ਸਾਡੇ ਮੁੰਡੇ ਕੋਲ ਰਹੀ ਹੋਵੇ, 10 ਦਿਨ ਰਹਿ ਕੇ ਗਿਆ ਸਿਰਫ। ਜੇ ਉੱਥੇ ਕੋਰਟ 'ਚ ਫੇਲ ਮਤਲਬ ਉਹ ਕਹਿ ਦਿੰਦੇ ਭਾਅ ਜੀ ਤੁਸੀਂ ਰਹੇ ਤਾਂ 10 ਦਿਨ ਹੋ, ਤੁਹਾਡੀ ਫਾਈਲ ਲੱਗਣੀ ਵੀ ਨਹੀਂ, ਤੁਸੀਂ ਲੰਬਾ ਸਮਾਂ 1-2 ਮਹੀਨੇ ਰਹੇ ਨਹੀਂ ਹੈਗੇ। ਕੁੱਲ ਮਿਲਾ ਕੇ ਜਿੰਨੇ ਉਹਦੇ ਪੁਆਇੰਟ ਨੇ ਸਾਰੇ ਸਾਡੇ ਮੁੰਡੇ ਨੂੰ ਇੱਥੇ ਛੱਡਣ ਦੀ ਸੀਗੇ, ਚਲੋ ਸਾਡਾ ਮੁੰਡਾ ਸੁਸਾਈਡ ਕਰ ਗਿਆ, ਗੱਲ ਖੁੱਲ੍ਹ ਗਈ, ਨਹੀਂ ਇਹ ਖਿਆਲ ਰਿਫਿਊਜ਼ ਹੀ ਹੋਣੀ ਸੀ। ਸਾਡੀ ਕਮਿਸ਼ਨ ਤੋਂ ਇਹ ਮੰਗ ਹੈ ਜੀ, ਦੇਖੋ ਇਨਸਾਫ਼ ਹੋਣਾ ਚਾਹੀਦਾ, ਜੇ ਅੱਜ ਲਾਡੀ ਨੂੰ ਇਨਸਾਫ਼ ਨਾ ਮਿਲਿਆ, ਮੈਂ ਗੱਲ ਕਲੀਅਰ ਕਰ ਦਿੰਦਾ, 60 ਮੁੰਡਿਆਂ ਦੀ ਲਿਸਟ ਮੇਰੇ ਕੋਲ ਪਈ ਹੈ, ਜਿੱਦਾਂ ਸਾਡਾ ਸਾਨੂੰ ਇਨਸਾਫ਼ ਨਾ ਮਿਲਿਆ ਮੈਂ ਪੋਸਟ ਕਰਦਾ ਭਰਾਵਾ ਅਸੀਂ ਹਾਰ ਗਏ, 20-30 ਨੇ ਤਾਂ ਨਾਲ ਦੀ ਨਾਲ ਸਲਫਾਤ ਖਾ ਜਾਣੀ ਹੈ, ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ। ਮੈਂ ਕੈਪਟਨ ਸਾਹਿਬ ਨੂੰ ਬੇਨਤੀ ਕਰਦਾ ਇੱਧਰ ਧਿਆਨ ਦੇ ਲਓ, ਤੁਹਾਡੇ 4 ਮਹੀਨੇ ਰਹਿ ਗਏ, ਜਾਂਦੇ ਜਾਂਦੇ ਕੋਈ ਵਧੀਆ ਜਿਹਾ ਕੰਮ ਕਰ ਜਾਓ, ਹੋ ਸਕਦਾ ਤੁਹਾਡੀ ਸਰਕਾਰ ਦੁਆਰਾ ਆ ਜੇ। ਜੇ ਗੱਲ ਕਰੀਏ ਅਗਲਾ ਮਰਜ਼ੀ ਚਾਹੁੰਦੇ ਕਿਵੇਂ ਹੁਣ ਤੁਸੀਂ, ਜਿਹੜਾ ਤੁਸੀਂ ਮੇਨ ਮਕਸਦ ਕੀ ਹੈ, ਪਰਚਾ ਹੋਣਾ, ਡਿਵੋਟ ਹੋਣਾ? ਨਹੀਂ ਦੇਖੋ, ਡਿਵੋਟ ਕਰਨਾ ਨਾ ਕਰਨਾ ਮੇਰਾ ਕੰਮ ਨਹੀਂ ਭਰਾਵਾ, ਉਹ ਕੋਰਟ ਦਾ ਕੰਮ ਆ, ਮੈਂ ਸਿਰਫ ਕਾਨੂੰਨੀ ਕਾਰਵਾਈ ਚਾਹੁੰਦਾ ਉਹਨਾਂ ਦੀ ਫੈਮਿਲੀ 'ਤੇ ਉਹ ਕੁੜੀ 'ਤੇ ਜੋ ਬਣਦੇ ਐਲੀਗੇਸ਼ਨ ਨੇ, ਜੋ ਬਣਦੇ ਧਾਰਾ ਨੇ ਉਹ ਲੱਗਣ। ਨਹੀਂ ਵੀਰੇ ਮੈਂ ਆਪਣੇ ਪੇਜ 'ਤੇ ਪਾਇਆ ਸੀਗਾ, ਉੱਥੋਂ ਹੀ ਲੋਕਾਂ ਨੇ ਦੇਖ ਲਿਆ, ਕੱਲ੍ਹ ਮਾਨ ਨੇ ਪਾਇਆ ਸੀ, ਬਠਿੰਡੇ ਵਾਲੇ ਦੇ ਬਾਈ ਨੇ, ਰਿਵਾਈਟ ਕਿਸੇ ਨੂੰ ਨਹੀਂ ਹੈਗਾ, ਅਸੀਂ ਆਪਦੇ ਲਈ ਪਾਇਆ ਸੀ, ਮਹਿਲਾ ਕਮਿਸ਼ਨ ਸਾਡੇ ਘਰੇ ਸਾਡੀ ਗੱਲ ਸੁਣਨ ਆ ਰਹੇ ਨੇ, ਇਹ ਆਪਦਾ ਦੁੱਖ ਲੈ ਕੇ ਆ ਗਏ। ਕਿਸ ਤਰ੍ਹਾਂ ਦੇ ਅੱਜ ਸਵੇਰੇ ਪਹੁੰਚੇ ਨੌਜਵਾਨ, ਕਿਸ ਤਰ੍ਹਾਂ ਦੇ ਦੁੱਖ ਦੁੱਖੜੇ ਲੈ ਕੇ ਆਏ ਨੇ? ਦੇਖੋ ਭਰਾਵਾ ਸਾਰੇ ਰੋਂਦੇ ਹੀ ਆ, ਹੈ ਨਾ, ਨਾਨਕ ਦੁਖੀਆ ਸਭ ਸੰਸਾਰੇ, ਸਾਰੇ ਦੁਖੀ ਆ ਭਰਾਵਾ, ਅੱਗੇ ਤਾਂ ਮੈਨੂੰ ਹਜੇ ਮਿਲੇ ਵੀ ਨਹੀਂ ਹੈਗੇ, ਪਰ ਜਿਹੜਾ ਰਾਜੂ ਆ ਮੁੰਡਾ ਵੱਲੋਂ ਵਾਲਾ, ਜਿਹੜਾ ਉਹ ਗਰੁੱਪ ਹੈ, ਉਹ ਮੈਨੂੰ ਸਾਰਾ ਮਿਲ ਗਿਆ, ਦੂਜਿਆਂ ਨੂੰ ਮੈਂ ਕਹਿੰਦਾ ਵੀ ਮੈਡਮ ਗਈ ਤੋਂ ਬਾਅਦ ਬਾਈ ਮੈਨੂੰ ਜ਼ਰੂਰ ਮਿਲ ਕੇ ਜਾਣ ਸਾਰੇ। ਪਿੰਡ, ਮੈਂ ਪਿੰਡ ਰੱਲੇ 'ਚ ਵਿਆਹੀ ਹੋਈ ਸੀ ਜੀ, ਜ਼ਿਲ੍ਹਾ ਮਾਨਸਾ ਕੋਲ, ਅਤੇ ਮੇਰਾ ਘਰ ਵਾਲਾ ਮੁੱਕ ਗਿਆ ਜੀ, ਅਤੇ ਮੈਂ ਖੰਡੇਬਾਦ ਦੀ ਪਿੰਡ ਦੀ ਰਹਿਣ ਵਾਲੀ ਹਾਂ, ਸੰਗਰੂਰ ਜ਼ਿਲ੍ਹੇ ਦੀ, ਅਤੇ ਘਰ ਵਾਲੇ ਮੁੱਕਣ ਤੋਂ ਪਿੱਛੋਂ ਮੇਰੇ ਸੱਸ ਨੇ, ਸਹੁਰੇ ਨੇ, ਜੇਠ ਨੇ, ਜਠਾਣੀ ਨੇ ਮੇਰੀ ਕੁੱਟਮਾਰ ਕਰਕੇ ਮੈਨੂੰ ਘਰੋਂ ਕੱਢਤਾ ਜੀ, ਘਰ ਮੇਰਾ ਵੇਚਤਾ ਜੀ, ਸਮਾਨ ਮੇਰਾ ਜੇਠ ਮੇਰਾ ਆਪਦਾ ਘਰ ਲੈ ਗਿਆ ਚੱਕ ਕੇ, ਅਤੇ ਮੇਰੀਆਂ ਕੁੜੀਆਂ ਵੀ ਮੈਥੋਂ ਖੋਲੀਆਂ ਜੀ, ਅਤੇ ਨਾ ਤਾਂ ਉਹ ਕਹਿੰਦੇ ਅਸੀਂ ਕੋਈ ਹੱਕ ਦੇਵਾਂਗੇ ਤੈਨੂੰ, ਕੋਈ ਹਿੱਸਾ ਪੱਤੀ ਦੇਵਾਂਗੇ, ਅਤੇ ਨਾ ਹੀ ਤੈਨੂੰ ਕੁੜੀਆਂ ਦੇਈਏ ਜੀ, ਉਹ ਨਾ ਤਾਂ ਮੈਨੂੰ ਕੁੜੀਆਂ ਦੇ ਰਹੇ ਨੇ, ਨਾ ਮੈਨੂੰ ਹੱਕ ਦੇ ਰਹੇ ਨੇ, ਹਿੱਸਾ ਪੱਤੀ ਦੇ ਰਹੇ ਨੇ ਜੀ, ਨਾ ਤਾਂ ਉੱਥੇ ਰੱਖ ਰਹੇ ਨੇ ਜੀ, ਅਤੇ ਨਾ ਹੀ ਮੈਨੂੰ ਕੋਈ ਹੱਕ ਦੇ ਰਹੇ ਨੇ ਜੀ, ਮੇਰੇ ਮਾਂ ਨਹੀਂ ਹੈਗੇ, ਪਿਓ ਨਹੀਂ ਹੈਗੇ ਜੀ, ਮੇਰਾ ਕੋਈ ਅੱਗੇ ਪਿੱਛੇ ਨਹੀਂ ਹੈਗਾ ਜੀ, ਤੁਰਨ ਵਾਲਾ। ਪ੍ਰਸ਼ਾਸਨ ਦੇ ਕੋਲ ਜਿਹੜੀ ਆਪਦੇ ਇਨਸਾਫ਼ ਲਈ ਪਹੁੰਚ ਕੀਤੀ ਹੈ ਸਰਕਾਰ ਤੱਕ? ਮੈਂ ਆਪਦੇ ਇਨਸਾਫ਼ ਲਈ ਇਹੀ ਇਨਸਾਫ਼ ਮੰਗਦੀ ਹਾਂ ਜੀ, ਮੇਰੀਆਂ ਕੁੜੀਆਂ ਮੈਨੂੰ ਪੁਲਿਸ ਕੋਲ ਇਹਦੀ ਕੰਪਲੇਂਟ ਕੀਤੀ ਹੈ ਵੀ ਮੇਰੇ ਨਾਲ ਇਸ ਤਰ੍ਹਾਂ ਹੋ ਰਿਹਾ। ਹਾਂਜੀ, ਜੋਗੇ ਥਾਣੇ ਗਈ ਸੀ ਜੀ ਅਸੀਂ, ਕੀ ਸੁਣਵਾਈ? ਜੋਗੇ ਥਾਣੇ ਵਾਲਿਆਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜੀ ਉੱਥੇ। ਅੱਜ ਤੇ ਕਿਹਨੂੰ ਮਿਲਣਾ, ਕੀ ਉਮੀਦ ਆ ਤੁਹਾਨੂੰ? ਅਸੀਂ ਮੈਡਮ ਘਲਾਟੀ ਨੂੰ ਮੈਂ ਮਿਲਣਾ ਚਾਹੁੰਦੀ ਹਾਂ, ਮੈਂ ਚਾਹੁੰਦੀ ਹਾਂ ਮੈਨੂੰ ਇਨਸਾਫ਼ ਮਿਲੇ, ਮੈਨੂੰ ਮੇਰੀਆਂ ਕੁੜੀਆਂ ਮਿਲਣ, ਮੇਰਾ ਹੱਕ ਮਿਲੇ ਜੀ, ਮੇਰੀ ਬਸ ਇਹੀ ਹੱਥ ਬੰਨ ਕੇ ਬੇਨਤੀ ਹੈ ਮੈਡਮ ਘਲਾਟੀ ਨੂੰ ਵੀ ਮੈਨੂੰ ਮੇਰਾ ਪੂਰਾ ਪੂਰਾ ਬਣਦਾ ਹੱਕ ਅਤੇ ਮੈਨੂੰ ਇਨਸਾਫ਼ ਦੇ ਦੇਣ, ਦਵਾ ਦੇਣ ਜੀ। ਬਰਨਾਲਾ ਤੋਂ ਕਮਲਜੀਤ ਸੰਧੂ ਦੀ ਰਿਪੋਰਟ।